ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਰਿਆਂ ਦਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਦੇਖ ਰਹੇ ਹੋ। ਅੱਜ ਤੁਹਾਨੂੰ ਮੈਂ ਹਰੇ ਰੰਗ ਦਾ ਲਾਈਟ ਹਰੇ ਰੰਗ ਦਾ ਸੂਟ ਆ ਇਹਦੇ ਤੁਹਾਨੂੰ ਪੇਂਟਿੰਗ ਕਰਨਾ ਦੱਸ ਰਹੇ ਹਾਂ। ਵੀਡੀਓ ਨੂੰ ਸ਼ੁਰੂ 'ਚੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਦੋ ਨੰਬਰ ਮੇਰੇ ਕੋਲ ਫਲੈਟ ਬਰੱਸ਼ ਆ ਜਿਹਦੇ ਨਾਲ ਮੈਂ ਪੇਂਟਿੰਗ ਕਰ ਰਹੀ ਹਾਂ। ਬਹੁਤ ਹੀ ਸੌਖਾ ਫੁਲਾ ਰਿਹਾ ਇਹ, ਬੜੇ ਆਰਾਮ ਨਾਲ ਤੁਸੀਂ ਬਣਾ ਸਕਦੇ ਹਾਂ ਇਹ। ਟਰਾਈ ਜ਼ਰੂਰ ਕਰਿਓ ਇੱਕ ਵਾਰ। ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਰੋ। ਹਾਂਜੀ, ਇਹ ਕਲੀ ਆ ਆਪਣੀ। ਪਹਿਲਾਂ ਮੈਂ ਵਾਈਟ ਬੇਸ ਦਿੱਤਾ ਸੀ ਉੱਪਰ, ਵਾਈਟ ਕਲਰ ਦਾ, ਕਿਉਂਕਿ ਥੋੜ੍ਹਾ ਜਿਹਾ ਰੰਗ ਜਿਹੜਾ ਹੈਗਾ ਥੋੜ੍ਹਾ ਜਿਹਾ ਡਾਰਕ ਸੀਗਾ। ਜਦੋਂ ਆਪਾਂ ਉੱਪਰ ਰੰਗ ਲਾਉਂਦੇ ਹਾਂ ਫਿਰ ਨੀਚੇ ਉਹ ਥੱਲੇ ਵਾਲਾ ਸੂਟ ਦਾ ਰੰਗ ਆ ਜਿਹੜਾ ਉਹ ਦਿਸਦਾ ਰਹਿੰਦਾ। ਇਸ ਤੋਂ ਪਹਿਲਾਂ ਵੀ ਤੁਸੀਂ ਵਾਈਟ ਕਲਰ ਦਾ ਬੇਸ ਜ਼ਰੂਰ ਦਿਆ ਕਰੋ। ਵਾਈਟ ਕਲਰ ਦੇ ਬੇਸ ਦੇ ਨਾਲ ਬਹੁਤ ਵਧੀਆ, ਬਹੁਤ ਸੋਹਣਾ ਰੰਗ ਹੁੰਦਾ, ਬਹੁਤ ਵਧੀਆ ਪੇਂਟ ਹੁੰਦਾ। ਪਹਿਲਾਂ ਆਪਾਂ ਵਾਈਟ ਕਲਰ ਨੂੰ ਅਪਲਾਈ ਕਰਾਂਗੇ। ਕਲਰ ਬਹੁਤ ਥੋੜ੍ਹਾ ਲਾਉਣਾ, ਜ਼ਿਆਦਾ ਨਹੀਂ ਲਾਉਣਾ। ਲੋੜ ਪੈਣ 'ਤੇ ਤੁਸੀਂ ਇੱਥੇ ਪਾਣੀ ਵੀ ਵਰਤ ਸਕਦੇ ਹੋ ਜੇ ਤੁਹਾਨੂੰ ਲੱਗਦਾ ਤੁਹਾਡਾ ਕਲਰ ਗਾੜਾ ਹੈ। ਮੀਡੀਅਮ ਵੀ ਵਰਤ ਸਕਦੇ ਹਾਂ, ਪਾਣੀ ਵੀ ਵਰਤ ਸਕਦੇ ਹਾਂ, ਜੋ ਤੁਹਾਡੇ ਕੋਲ ਉਸ ਟਾਈਮ ਮੌਜੂਦ ਹੋਊਗਾ ਉਹ ਤੁਸੀਂ ਵਰਤ ਸਕਦੇ ਹੋ। ਬਰੱਸ਼ ਹੈ ਜਿਹੜਾ ਵੀ ਤੁਸੀਂ ਵੱਡੇ ਛੋਟੇ ਫਲ ਦੇ ਮੁਤਾਬਕ ਤੁਸੀਂ ਵਰਤ ਸਕਦੇ ਹੋ। ਜੇ ਤੁਸੀਂ ਵੱਡੇ ਨਾਲ ਕਰ ਸਕਦੇ ਹੋ ਤਾਂ ਵੱਡਾ ਫਲਾ ਬਰੱਸ਼ ਲੈ ਸਕਦੇ ਹੋ, ਛੋਟੇ ਨਾਲ ਕਰ ਸਕਦੇ ਛੋਟਾ ਲੈ ਸਕਦੇ, ਉਹ ਤੁਹਾਡੀ ਇੱਛਾ ਦੇ ਮੁਤਾਬਕ।
ਕੱਪੜੇ ਦੇ ਉੱਪਰ ਲੂਣ ਬਹੁਤ ਜ਼ਿਆਦਾ ਕਿਸੇ ਕਸਟਮਰ ਦਾ ਹੈ। ਕੱਪੜਾ ਜਦੋਂ ਵੀ ਤੁਸੀਂ ਲਾਉਣ ਦੇਖ ਕੇ ਲਿਆ ਕਰੋ, ਕੱਪੜੇ ਦੇ ਉੱਪਰ ਲੂਣ ਨਹੀਂ ਹੋਣੇ ਚਾਹੀਦੇ, ਪਲੇਨ ਕੱਪੜਾ ਵਧੀਆ ਹੋਣਾ ਚਾਹੀਦਾ। ਵਧੀਆ ਵਾਲੇ ਕੱਪੜੇ 'ਤੇ ਤੁਸੀਂ ਪੇਂਟ ਕਰਿਆ ਕਰੋ। ਜਿੰਨਾ ਵਧੀਆ ਕੱਪੜਾ ਲਾਉਂਗੇ ਉਨਾ ਵਧੀਆ ਤੁਹਾਡਾ ਪੇਂਟ ਹੋ ਗਿਆ, ਨਹੀਂ ਤਾਂ ਥੋੜ੍ਹਾ ਸ਼ੇਡ ਦੇਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ। ਇਸ ਸੂਟ ਦੇ ਵਿੱਚ ਆ ਰਹੀ ਹੈ ਪ੍ਰੋਬਲਮ, ਸ਼ੇਡ ਬਣਾਉਣ 'ਚ ਬਹੁਤ ਦਿੱਕਤ ਆਉਂਦੀ ਹੈ। ਹਮੇਸ਼ਾ ਪਹਿਲਾਂ ਵਾਈਟ ਕਲਰ ਹੀ ਵਰਤਿਆ ਕਰੋ। ਵਾਈਟ ਕਲਰ ਜਦੋਂ ਆਪਾਂ ਪਹਿਲਾਂ ਡਾਰਕ ਸ਼ੇਡ ਵਰਤਦੇ ਹਾਂ, ਉਸ ਤੋਂ ਬਾਅਦ ਜਦੋਂ ਵਾਈਟ ਵਰਤਦੇ ਹਾਂ, ਵਾਈਟ ਦੇ ਨਾਲ ਫਿਰ ਉਹਨੇ ਬਾਅਦ ਵਿੱਚ ਵਰਤਣ ਨਾਲ ਫਿਨਿਸ਼ਿੰਗ ਨਹੀਂ ਹੁੰਦੀ। ਜਿੰਨੀ ਤੁਸੀਂ ਧਿਆਨ ਰੱਖੋਗੇ ਵੀ ਡਾਰਕ ਸ਼ੇਡ ਬਾਅਦ 'ਚ ਲਾਉਂਗੇ, ਤੁਹਾਡੀ ਸਫਾਈ ਬਹੁਤ ਜ਼ਿਆਦਾ ਹੁੰਦੀ, ਖਾਸ ਕਰਕੇ ਜੇ ਤੁਸੀਂ ਸ਼ੇਡ ਦਿੰਦੇ ਹੋ। ਜਦੋਂ ਵੀ ਤੁਸੀਂ ਪੇਂਟਿੰਗ ਕਰੋ ਬਹੁਤ ਸ਼ਾਂਤੀ ਨਾਲ ਹੌਲੀ 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 ਕਰਿਆ ਕਰੋ।
हाँ जी अपना फुल कंप्लीट हो गया, हम और पत्तियाँ बनावे। पत्तियों लिए मैं ग्रीन रंग लिया, पीला ते ब्राउन, इन्ना नाल इन्ना रंग दे आप मिक्स करके बनावांगे। बहुत सोहनी पत्ती बनती जो आप मिक्स करके बनाने व्हाइट कलर का भी टच दे रही है। जो चाहो तो तुसी पत्ती सिंगल कलर की बना सकते हैं। Thank you.
ਸੋਰੀ ਵਿੱਚ ਫੋਨ ਆ ਗਿਆ ਸੀ। ਡਬਲ ਸ਼ੇਡ ਨਾਲ ਪੱਤੀਆਂ ਸੋਹਣੀਆਂ ਬਹੁਤ ਲੱਗਦੀਆਂ, ਬਹੁਤ ਹੀ ਪਿਆਰੀਆਂ ਲੱਗਦੀਆਂ। ਟਰਾਈ ਜ਼ਰੂਰ ਕਰਕੇ ਦੇਖਿਓ। ਫਲਾਵਰ ਨੂੰ ਆਪਾਂ ਹਾਈਲਾਈਟ ਕਰਾਂਗੇ, ਹੁਣ ਵਾਈਟ ਕਲਰ ਦੇ ਨਾਲ ਹੀ ਕਰਾਂਗੇ।
ਪੱਤੀਆਂ ਨੂੰ ਜੇ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰਨਾ ਤਾਂ ਨਾ ਕਰੋ। ਵਿੱਚ ਵੀ ਜੇ ਤੁਸੀਂ ਰੇਸ਼ੇ ਦਿਖਾਉਣੇ ਚਾਹੁੰਦੇ ਹੋ ਤਾਂ ਦਿਖਾ ਸਕਦੇ ਹੋ, ਅਦਰਵਾਈਜ਼ ਨਹੀਂ ਤਾਂ ਨਹੀਂ। ਓਕੇ ਜੀ, ਸਤਿ ਸ਼੍ਰੀ ਅਕਾਲ।